ਉਹਨਾਂ ਐਕਸਰਸ਼ਨ ਇਸ ਤਰ੍ਹਾਂ ਹੈ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਪੂਰਨ ਕਣ ਸੰਖਿਆ ਦੇ ਗੁਣਨਖੰਡ ਨਹੀਂ ਦਰਸਾਉਂਦਾ ਹੈ ਤੇ ਸਟੂਡੈਂਟ ਪੂਰਨ ਕਣ ਦੇ ਵਿੱਚ ਆਪਾਂ ਕੀ ਕਰਨਾ ਹੈ ਜੋ ਵੀ ਆਪਾਂ ਨੂੰ ਗੁਣਨਖੰਡ ਦਿੱਤੇ ਹਨ ਉਸ ਦੇ ਵਿੱਚ ਆਪਾਂ 3 3 ਦਾ ਸਮੂਹ ਲੈਣਾ ਹੁੰਦਾ ਹੈ 3 3 ਨੰਬਰਸ ਦਾ ਜੋ ਹੈ ਉਹ ਗਰੁੱਪ ਲੈਣਾ ਹੁੰਦਾ ਹੈ ਜੇਕਰ 3 3 ਨੰਬਰਸ ਦਾ ਸੇਮ ਇੱਕੋ ਹੀ ਨੰਬਰ ਦੇ 3 ਆਪਣੇ ਕੋ ਆ ਜਾਣ ਉਹਨਾਂ ਦਾ ਗਰੁੱਪ ਬਣ ਜਾਏ ਤਾਂ ਉਹ ਇੱਕ ਪੂਰਨ ਕਣ ਸੰਖਿਆ ਹੁੰਦੀ ਹੈ ਤੇ ਜੇਕਰ ਆਪਣੇ ਕੋ ਤਿੰਨ ਇੱਕੋ ਜਿਹੇ ਨੰਬਰਸ ਦਾ ਜੋ ਸਮੂਹ ਹੈ ਗਰੁੱਪ ਹੈ ਨਹੀਂ ਬਣ ਰਿਹਾ ਹੈ ਤੇ ਇਟ ਮੀਨ ਉਹ ਜੋ ਹੈ ਆਪਣੇ ਕੋਲ ਪੂਰਣ ਕਣ ਸੰਖਿਆ ਨਹੀਂ ਹੋਏਗੀ ਤੇ ਹੁਣ ਪਹਿਲੇ ਵਿੱਚ ਦੇਖਦੇ ਹਾਂ ਜੀ ਪਹਿਲੇ ਵਿੱਚ ਆਪਾਂ ਸਾਰੀਆਂ ਪਹਿਲਾਂ ਸਟੇਟਮੈਂਟ ਨੂੰ ਮੈਂ نیچے ਲਿਖ ਲੈਣਾ ਹੈ ਦੇਖੋ ਜੀ ਧਿਆਨ ਨਾਲ ਸੋਣੇ ਉੱਪਰ ਹਮ ਸਾਰੇ ਹੀ ਆਪਾਂ ਨੰਬਰ نیچے ਲਿਖ ਲਏ ਹਾਂ ਜੀ ਹੁਣ ਫਰਸਟ ਵਿੱਚ ਦੇਖੋ ਆਪਣੇ ਕੋਲ ਪਹਿਲਾਂ a 2 ਦਾ ਇੱਕ ਸਮੂਹ ਬਣ ਗਿਆ ਹੈ ਤਿੰਨ ਅੰਕਾਂ ਦਾ ਤਿੰਨ ਨੰਬਰਾਂ ਦਾ ਇਸੇ ਤਰ੍ਹਾਂ a 3 ਦਾ ਸਮੂਹ ਬਣ ਗਿਆ ਹੈ ਜੀ ਤਿੰਨ ਤਿੰਨ ਆਪਾਂ ਤਿੰਨ-ਤਿੰਨ ਦਾ ਆਪਾਂ ਸਮੂਹ ਲੈਣਾ ਹੈ ਦੇਖੋ ਉੱਪਰ ਪਹਿਲੇ ਵਿੱਚ ਆਪਣੇ ਕੋਲ ਦੇਖੋ ਨੈਕਸਟ ਸੈਕੰਡ ਆਪਸ਼ਨ ਦੇ ਵਿੱਚ ਆਪਣੇ ਕੋਲ ਇਹ ਪਹਿਲਾਂ 4 ਦਾ ਗਰੁੱਪ ਬਣ ਗਿਆ ਜੀ ਤਿੰਨ ਨੰਬਰਸ ਦਾ ਫਿਰ 4 ਦਾ ਗਰੁੱਪ ਬਣ ਗਿਆ ਆਪਣੇ ਕੋਲ ਤਿੰਨ ਨੰਬਰਸ ਦਾ ਤੇ ਇਹ ਆਪਣੇ ਕੋਲ ਬਣ ਗਿਆ ਹੈ ਜੀ 5 ਦਾ ਗਰੁੱਪ ਬਣ ਗਿਆ ਹੈ ਤਿੰਨ ਨੰਬਰ ਦਾ ਇਟ ਮੀਨ ਇਹ ਵੀ ਜੋ ਹੈ ਆਪਣੇ ਕੋਲ ਇੱਕ ਪੂਰਨ ਕੰਨ ਸੰਖਿਆ ਦੇ ਗੁਣਨਖੰਡ ਹਨ ਹੁਣ ਨੈਕਸਟ ਆਪਣੇ ਕੋਲ ਦੇਖ ਤੀਸਰੀ ਆਪਸ਼ਨ ਦੇ ਵਿੱਚ ਪਹਿਲਾਂ ਜੋ 6 ਹੈ ਉਹ 3 ਦਾ ਸਮੂਹ ਬਣ ਗਿਆ ਹੈ ਜੀ ਫਿਰ ਦੇਖੋ 6 ਜੋ ਹੈ 3 ਦਾ ਸਮੂਹ ਵਿੱਚ ਆ ਗਿਆ ਹੈ ਇਹ ਦੇਖੋ ਤਿੰਨ ਜੋ ਹਨ ਉਹ ਤਿੰਨ ਦੇਸਮੂ ਵਿੱਚ ਆ ਗਏ ਹਨ ਤੇ ਇਹ ਜੋ ਤਿੰਨ ਹੈ ਇਹ ਆਪਣੇ ਕੋਲ ਐਕਸਟਰਾ ਬਚ ਗਿਆ ਹੈ ਜਿਸ ਦੇ ਜੋ ਤਿੰਨ ਤਿੰਨ ਦੇਸਮੂ ਨਹੀਂ ਬਣ ਰਹੇ ਹਨ ਇਟ ਮੀਨਸ ਇਹ ਜੋ ਥਰਡ ਆਪਸ਼ਨ ਹੈ ਇਹ ਆਪਣੇ ਕੋ ਇੱਕ ਪੂਰਣ ਘਣ ਸੰਖਿਆ ਦੇ ਗੁਣਨਖੰਡ ਨਹੀਂ ਹੋ ਸਕਦੇ ਇਸੇ ਤਰ੍ਹਾਂ ਫੋਰਥ ਨੂੰ ਵੀ ਆਪਾਂ ਚੈੱਕ ਕਰ ਲੈਣੇ ਹਨ ਇਹ ਦੇਖੋ 8 ਹੈ ਜੋ ਤਿੰਨ ਦੇਸਮੂ ਵਿੱਚ ਹੈ 4 ਵੀ ਤਿੰਨ ਦੇ ਗਰੁੱਪ ਦੇ ਵਿੱਚ ਹੈ ਜੀ 5 ਵੀ ਤਿੰਨ ਦੇ ਗਰੁੱਪ ਵਿੱਚ ਹੈ ਫਿਰ ਅਗਲਾ 5 ਵੀ ਤਿੰਨ ਦੇ ਗਰੁੱਪ ਵਿੱਚ ਹੈ ਇਟ ਮੀਨ ਆਪਾਂ ਨੂੰ ਪੁੱਛਿਆ ਸੀ ਕਿ ਕਿਹੜਾ ਜੋ ਹੈ ਉਹ ਇੱਕ ਪੂਰਨ ਘਣ ਸੰਖਿਆ ਦੇ ਗੁਣਨਖੰਡ ਨਹੀਂ ਦਰਸਾਉਂਦਾ ਹੈ ਤੇ ਉਹ ਆਪਣੇ ਕੋ ਰਾਈਟ ਆਪਸ਼ਨ ਕਿਹੜੀ ਹੈ ਜੀ 3 ਜਿਸ ਦੇ ਵਿੱਚ ਜੋ ਲਾਸਟ 3 ਹੈ ਉਹ ਆਪਣੇ ਕੋ ਤਿੰਨ ਤਿੰਨ ਦੇ ਜੋ ਗਰੁੱਪ ਹੈ ਉਸ ਦੇ ਵਿੱਚ ਨਹੀਂ ਆ ਰਿਹਾ ਹੈ ਜੀ ਹੈ ਜੀ ਇੱਕ ਕਣਾਕਾਰ ਬਕਸੇ ਦਾ আয়ਤਨ 1331 ਸੈਂਟੀਮੀਟਰ ਕਯੂਬ ਹੈ ਸੈਂਟੀਮੀਟਰ ਦੇ ਉੱਪਰ 3 ਲਿਖਿਆ ਹੋਇਆ ਹੈ ਇਸ ਨੂੰ ਸੈਂਟੀਮੀਟਰ ਦਾ ਘਣ ਵੀ ਕਹਿ ਸਕਦੇ ਹਾਂ ਸੈਂਟੀਮੀਟਰ ਕਯੂਬ ਵੀ ਕਿਹਾ ਜਾਂਦਾ ਹੈ ਤਾਂ ਆਪਾਂ ਜੋ ਬਕਸਾ ਹੈ ਉਸ ਦਾ ਜੋ ਕਿਨਾਰਾ ਹੈ ਉਸ ਦੀ ਲੰਬਾਈ ਪਤਾ ਕਰਨੀ ਹੈ ਇਹ ਨੀਚੇ ਤੁਹਾਨੂੰ ਇੱਕ ਘਣਾਕਾਰ ਬਕਸਾ ਨਜ਼ਰ ਆ ਰਿਹਾ ਹੈ ਤੇ ਇਸ ਦੇ ਕਿਨਾਰੇ ਇਹ ਜੋ ਲਾਈਨਸ ਹਨ ਇਹਨਾਂ ਨੂੰ ਆਪਾਂ ਕੀ ਕਹਿੰਦੇ ਨੇ ਹਨ ਇਹਨਾਂ ਦੇ ਕਿਨਾਰੇ ਇਹ ਹੁਣ ਘਣਾਕਾਰ ਬਕਸਾ ਹੈ ਤੇ ਘਣਾਕਾਰ ਬਕਸੇ ਦੇ ਜੋ ਕਿਨਾਰੇ ਹਨ ਉਹਨਾਂ ਦੀ ਲੰਬਾਈ ਕੀ ਹੁੰਦੀ ਹੈ ਸਾਰੇ ਹੀ ਜੋ ਕਿਨਾਰੇ ਹਨ ਉਹਨਾਂ ਦੀ ਲੰਬਾਈ ਕੀ ਹੋਏਗੀ ਬਰਾਬਰ ਹੋਏਗੀ ਜਿੰਨੇ ਵੀ ਇਹ ਕਿਨਾਰੇ ਤੁਹਾਨੂੰ ਨਜ਼ਰ ਆ ਰਹੇ ਹਨ ਟੋਟਲ 12 ਕਿਨਾਰੇ ਹਨ ਤੇ 12 ਦੇ 12 ਜੋ ਕਿਨਾਰੇ ਹਨ ਉਹ ਬਰਾਬਰ ਲੰਬਾਈ ਦੇ ਹੁੰਦੇ ਹਨ ਤੇ ਜੋ ਘਣ ਇਹ ਕਿਉਂਕਿ ਆਪਣੇ ਕੋਲ ਘਣ ਹੈ ਘਣਾਕਾਰ ਬਕਸਾ ਹੈ ਤੇ ਘਣ ਦੇ ਜੋ আয়ਤਨ ਦਾ ਉਹ ਫਾਰਮੂਲਾ ਕੀ ਹੁੰਦਾ ਹੈ ਘਣ ਦਾ আয়ਤਨ ਆਪਾਂ ਕਿਸ ਤਰ੍ਹਾਂ ਕੱਢਦੇ ਹਾਂ ਕਿਨਾਰੇ ਨੂੰ ਤਿੰਨ ਵਾਰ ਗੁਣਾ ਕਰ ਦੇਣਾ ਹੈ ਕਿਨਾਰਾ ਗੁਣਾ ਕਿਨਾਰਾ ਗੁਣਾ ਕਿਨਾਰਾ ਤੇ ਇਹ نیچے ਜੋ ਚਾਰ ਆਪਾਂ ਨੂੰ ਆਪਸ਼ਨ ਦਿੱਤੀਆਂ ਹੋਈਆਂ ਹਨ ਇਹਨਾਂ ਵਿੱਚੋਂ ਆਪਾਂ ਕਿਨਾਰਾ ਲੱਭਣਾ ਹੈ ਕਿ ਇਸ ਘਣ ਦਾ ਜੋ ਕਿਨਾਰਾ ਹੈ ਕਿੰਨਾ ਹੋ ਸਕਦਾ ਹੈ ਤੇ ਆਪਾਂ ਕੀ ਕਰਨਾ ਹੈ ਇਹ ਜੋ ਨੰਬਰਸ ਹਨ ਇਹ ਚਾਰੇ ਆਪਾਂ ਨੂੰ ਆਪਸ਼ਨ ਦਿੱਤੀਆਂ ਹਨ ਇਹਨਾਂ ਨੂੰ ਆਪਾਂ ਤਿੰਨ-ਤਿੰਨ ਬਾਰ ਗੁਣਾ ਕਰਕੇ ਦੇਖਣਾ ਹੈ ਕਿ ਕਿਸ ਜਗ੍ਹਾ ਤੇ ਆਪਣੇ ਕੋ ਜੋ ਆਨਸਰ ਹੈ ਉਹ 1331 ਆਉਂਦਾ ਹੈ ਜਿਸ ਵੀ ਕਿਨਾਰੇ ਨੂੰ ਗੁਣਾ ਕਰਕੇ ਤਿੰਨ ਬਾਰ 331 ਆ ਜਾਏਗਾ ਇਟ ਮੀਨ ਉਹ ਆਪਣੇ ਕੋ ਇਸ ਘਣ ਦਾ ਕੀ ਹੋ ਜਾਏਗਾ ਕਿਨਾਰਾ ਹੋ ਜਾਏਗਾ ਜੀ ਸੁਣ ਇਹ ਹੋ ਨੀਚੇ ਆਪਾਂ ਇਹ ਸਾਰੇ ਹੀ ਜੋ ਕਿਨਾਰੇ ਲੈ ਕੇ ਹਨ ਆਪਾਂ ਜੋ ਘਣ ਦਾ ਆਇਤਨ ਪਤਾ ਕੀਤਾ ਹੈ ਤੇ ਆਪਾਂ ਨੂੰ ਆਇਤਨ ਕਿੰਨਾ ਚਾਹੀਦਾ ਸੀ 1331 ਤੇ ਦੇਖੋ ਕਿਥੇ ਕਿਸ ਕਿਨਾਰੇ ਨੂੰ ਗੁਣਾ ਕਰਕੇ ਆਪਣੇ ਕੋ 1331 ਅਨਸਰ ਆ ਰਿਹਾ ਹੈ ਜੀ 11 ਨੂੰ ਇਟ ਮੀਨ ਇਹ ਜੋ ਘਣ ਹੈ ਇਸਦੇ ਆਪਣੇ ਕੋ ਕਿਨਾਰੇ ਕਿੰਨੇ ਆ ਜਾਣਗੇ 11 ਸੈਂਟੀਮੀਟਰ ਸਾਰੇ ਹੀ ਜੋ ਕਿਨਾਰੇ ਹਨ ਉਹ ਕਿੰਨੇ ਸੈਂਟੀਮੀਟਰ ਆਪਣੇ ਕੋ ਹੋ ਜਾਣਗੇ 11 ਸੈਂਟੀਮੀਟਰ ਦੇ ਜਮਣ ਕੁਐਸਚਨ ਨੰਬਰ 12 ਇਸ ਤਰ੍ਹਾਂ ਹੈ ਜੀ ਹੇਠ ਲਿਖੇ ਵਿੱਚੋਂ ਕਿਹੜੀ ਇੱਕ ਘਣ ਸੰਖਿਆ ਨਹੀਂ ਹੋ ਸਕਦੀ ਤੇ ਇਹ نیچے ਆਪਾਂ ਨੂੰ ਚਾਰ ਆਪਸ਼ਨ ਦਿੱਤੀਆਂ ਹਨ ਇਹ ਚਾਰ ਆਪਸ਼ਨ ਦੇ ਵਿੱਚ ਆਪਾਂ ਦੇਖਣਾ ਹੈ ਕਿ ਕਿਹੜੀ ਇੱਕ ਕਣ ਸੰਖਿਆ ਨਹੀਂ ਹੋ ਸਕਦੀ ਹੈ ਤੇ ਸਟੂਡੈਂਟ ਆਪਾਂ ਜੋ ਪੂਰਨ ਕਣ ਸੰਖਿਆਵਾਂ ਹਨ ਉਹਨਾਂ ਵਿੱਚ ਇੱਕ ਪ੍ਰੋਪਰਟੀ ਹੁੰਦੀ ਹੈ ਕਿ ਕਦੀ ਵੀ ਜੋ ਪੂਰਨ ਕਣ ਸੰਖਿਆ ਹੈ ਉਹ ਦੋ ਸਿਫਰਾਂ ਤੇ ਖਤਮ ਨਹੀਂ ਹੁੰਦੀ ਹੈ ਇਟ ਮੀਨ ਕੋਈ ਵੀ ਜੋ ਕਣ ਸੰਖਿਆ ਹੈ ਉਸਦੇ ਲਾਸਟ ਵਿੱਚ ਜੋ ਅੰਤ ਵਿੱਚ ਦੋ ਜ਼ੀਰੋਆਂ ਨਹੀਂ ਹੋ ਸਕਦੀਆਂ ਤੇ ਇੱਥੇ ਆਪਾਂ ਨੂੰ ਨਜ਼ਰ ਆ ਰਿਹਾ ਹੈ ਕਿ ਜੋ 900 ਹੈ 900 ਦੇ ਵਿੱਚ ਲਾਸਟ ਵਿੱਚ ਦੋ ਜ਼ੀਰੋਆਂ ਹਨ ਤੇ ਇਟ ਮੀਨ ਜੋ 900 ਹੈ ਉਹ ਇੱਕ ਕਣ ਸੰਖਿਆ ਨਹੀਂ ਹੋ ਸਕਦੀ ਹੈ ਇਟ ਮੀਨ ਆਪਣੀ ਰਾਈਟ ਆਪਸ਼ਨ ਕਿਹੜੀ ਹੈ ਜੀ 4 ਇਸ ਦਾ ਰਾਈਟ ਆਪਸ਼ਨ ਨੈਕਸਟ ਕੁਸ਼ਚਨ ਇਸ ਤਰ੍ਹਾਂ ਹੈ ਜੀ ਸੰਖਿਆ 243 ਦੇ ਘਾਣ ਦਾ ਇਕਾਈ ਅੰਕ ਕੀ ਹੋਵੇਗਾ ਤੇ ਇਹ نیچے ਆਪਾਂ ਨੂੰ ਚਾਰ ਆਪਸ਼ਨ ਦਿੱਤੀਆਂ ਹੋਈਆਂ ਹਨ ਇਹ ਚਾਰ ਆਪਸ਼ਨ ਵਿੱਚ ਆਪਾਂ ਦੇਖਣਾ ਹੈ ਕਿ ਜੋ ਸੰਖਿਆ ਦਿੱਤੀ ਹੈ ਉਹ ਹੈ 243 243 ਦਾ ਇਕਾਈ ਅੰਕ ਦੇਖੋ ਕਿਹੜਾ ਹੈ ਜੀ ਇਹ 3 ਆਪਣੇ ਕੋਲ ਇਕਾਈ ਅੰਕ ਹੈ ਇਸ ਦਾ ਆਪਾਂ ਇਕਾਈ ਅੰਕ ਦਾ ਕੀ ਕਰ ਦੇਣਾ ਹੈ ਘਾਣ ਕਰ ਦੇਣਾ ਹੈ ਇਸ ਦਾ ਇਕਾਈ ਅੰਕ 3 ਹੈ 3 ਦਾ ਆਪਾਂ ਕਰ ਦੇਣਾ ਹੈ ਘਾਣ ਤੇ ਦੇਖੋ 3 ਦਾ ਘਾਣ ਮਤਲਬ 3 ਦੀ ਘਾਤ 3 ਕਰ ਦੇਣੀ ਹੈ ਹੁਣ 3 ਨੂੰ ਆਪਾਂ 3 ਵਾਰ ਗੁਣਾ ਕਰ ਦੇਣਾ ਹੈ ਜੀ 3 ਦੀ ਘਾਤ 3 ਮਤਲਬ ਉਸ ਨੂੰ 3 ਵਾਰ ਗੁਣਾ ਕਰ ਦੇਣਾ ਹੈ 3 3 9 9 3 27 ਤੇ ਇਹ ਆ ਗਿਆ ਜੀ 27 ਤੇ ਇਸ ਦਾ ਹੁਣ ਜੋ ਇਕਾਈ ਅੰਕ ਹੈ ਇਕਾਈ ਅੰਕ ਦੇਖੋ ਕੀ ਆ ਗਿਆ ਹੈ ਜੀ 7 ਇਟ ਮੀਨ ਕਿਹੜੀ ਰਾਈਟ ਆਪਸ਼ਨ ਹੈ ਜੀ ਆਪਣੇ ਕੋਲ 3rd ਜੀ ਨੈਕਸਟ ਕੁਸ਼ਨ ਇਸ ਤਰ੍ਹਾਂ ਹੈ ਜੀ ਹੇਟ ਲਿਖਿਆ ਵਿੱਚੋਂ ਕਿਹੜਾ ਆਪਣੇ ਘਾਣ ਦੇ ਬਰਾਬਰ ਹੈ ਤੇ ਇਹ ਨੀਚੇ ਆਪਾਂ ਨੂੰ ਚਾਰ ਆਪਸ਼ਨ ਦਿੱਤੀਆਂ ਹੋਣੀਆਂ ਹਨ ਇਹ ਚਾਰੋਂ ਆਪਸ਼ਨ ਦੇ ਵਿੱਚ ਆਪਾਂ ਕੀ ਕਰਨਾ ਉਸਦਾ ਘਾਣ ਕਰ ਦੇਣਾ ਹੈ ਘਾਣ ਮਤਲਬ ਉਸ ਦੀ ਘਾਤ 3 ਕਰ ਦੇਣੀ ਹੈ ਤੇ ਦੇਖਣਾ ਹੈ ਕਿ ਕਿਸ ਦੇ ਘਾਣ ਕਰਨ ਤੇ ਉਸਦਾ ਆਨਸਰ ਸੇਮ ਹੀ ਆਉਂਦਾ ਹੈ ਜੀ ਪਹਿਲਾਂ -2 ਦਾ ਘਾਣ ਕੀਤਾ ਹੈ -2 ਨੂੰ 3 ਵਾਰ ਆਪਾਂ ਗੁਣਾ ਕਰ ਦੇਣਾ ਹੈ ਜੀ ਹੁਣ ਦੇਖੋ ਮਾਈਨਸ ਜੋ ਹੈ 3 ਵਾਰ ਹੈ ਪਹਿਲਾਂ ਮਾਈਨਸ ਦੇ ਨਾਲ ਮਾਈਨਸ ਕੱਟਿਆ ਜਾਏਗਾ ਹੁਣ ਇਹ -1 ਬਚ ਗਿਆ ਹੈ ਉਹ ਆਨਸਰ ਦੇ ਵਿੱਚ ਆ ਜਾਏਗਾ 2 ਨੂੰ 2 ਨਾਲ ਕਰਾਂਗੇ 4 4 ਨੂੰ ਫਿਰ 2 ਨਾਲ ਗੁਣਾ ਕੀਤਾ ਤੇ ਆਪਣੇ ਕੋਲ 8 ਆ ਗਿਆ ਜੀ ਹੁਣ ਅਗਲੇ ਵਿੱਚ ਦੇਖੋ 3 ਦੀ ਘਾਤ 3 ਪਹਿਲਾਂ -2 ਦੀ ਘਾਤ 3 ਕੀਤੀ ਸੀ 3 ਦੀ ਘਾਤ 3 ਮਤਲਬ 3 ਨੂੰ ਆਪਾਂ 3 ਬਾਰ ਗੁਣਾ ਕਰਤਾ 3 3 9 9 3 27 a 27 ਆ ਗਿਆ ਹੈ ਜੀ ਅਗਲੇ ਵਿੱਚ ਦੇਖੋ -1 ਦੀ ਘਾਤ 3 ਕੀਤੀ ਹੈ ਮਾਈਨਸ ਦੇ ਨਾਲ ਇਹ ਮਾਈਨਸ ਕੱਟਿਆ ਜਾਏਗਾ ਤੇ 1 ਮਾਈਨਸ ਆਪਣੇ ਕੋਲ ਇਹ ਬਚ ਗਿਆ ਹੈ ਇਹ ਆ ਜਾਏਗਾ 1 ਨੂੰ ਪਹਿਲਾਂ 1 ਦੇ ਨਾਲ ਗੁਣਾ ਕੀਤਾ 1 ਆ ਜਾਏਗਾ ਫਿਰ 1 ਨੂੰ 1 ਨਾਲ ਗੁਣਾ ਕਰਾਂਗੇ ਤੇ 1 ਹੀ ਆ ਜਾਏਗਾ ਆਪਣੇ ਕੋ ਤੇ ਨੈਕਸਟ ਆਪਣੇ ਕੋ ਹੈ ਜੀ -5 ਦੀ ਘਾਤ 3 ਪਹਿਲਾਂ ਮਾਈਨਸ ਨਾ ਦੇਖੋ ਮਾਈਨਸ ਕੱਟਿਆ ਜਾਏਗਾ ਹੁਣ ਇਹ 1 ਮਾਈਨਸ ਆਪਣੇ ਕੋ ਬਚ ਗਿਆ ਹੈ ਇਹ ਆ ਜਾਏਗਾ 5 5 25 ਤੇ 25 5 125 ਹੁਣ ਆਪਣੇ ਕੋ ਇਹ ਸਾਰਿਆਂ ਵਿੱਚ ਦੇਖਣਾ ਹੈ ਕਿ ਕਿਸ ਦਾ ਆਪਾਂ ਘਣ ਕੀਤਾ ਤੇ ਆਪਣੇ ਕੋ ਆਨਸਰ ਸੇਮ ਉਹੀ ਆ ਗਿਆ ਹੈ ਤਾਂ ਅਨਸਰ ਦੇਖੋ ਆਪਣੇ ਕੋ ਆ ਰਿਹਾ ਹੈ ਜੀ -1 ਦਾ ਆਪਾਂ ਘਣ ਕੀਤਾ ਸੀ -1 ਦਾ ਘਾਣ ਜੋ ਹੈ ਉਹ -1 ਦੇ ਬਰਾਬਰ ਹੀ ਆ ਗਿਆ ਹੈ ਇਟ ਮੀਨ ਕਿਹੜੀ ਆਪਸ਼ਨ ਰਾਈਟ ਹੈ ਜੀ ਤੀਸਰੀ ਆਪਸ਼ਨ ਆਪਣੇ ਕੋ ਸਹੀ ਹੈ ਕਿ -1 ਦਾ ਘਾਣ ਆਪਣੇ ਕੋ -1 ਦੇ ਬਰਾਬਰ ਹੀ ਆ ਨੈਕਸਟ ਕੁਸ਼ਚਨ ਇਸ ਤਰ੍ਹਾਂ ਹੈ ਜੀ 1 ਤੋਂ 1000 ਤੱਕ ਕੁੱਲ ਕਿੰਨੀਆਂ ਸੰਖਿਆਵਾਂ ਪੂਰਣ ਘਾਣ ਹਨ ਤੇ ਇਹ نیچے ਚਾਰ ਆਪਸ਼ਨ ਦਿੱਤੀਆਂ ਹਨ 9 ਸੰਖਿਆਵਾਂ 10 ਸੰਖਿਆਵਾਂ 11 ਸੰਖਿਆਵਾਂ ਜਾਂ 13 ਸੰਖਿਆਵਾਂ ਤੇ ਹੁਣ ਸਾਨੂੰ ਆਪਾਂ ਕੀ ਕਰਨਾ ਹੈ ਇੱਕ ਤੋਂ ਸਟਾਰਟ ਕਰ ਦੇਣਾ ਹੈ ਪਹਿਲਾਂ ਇੱਕ ਦਾ ਕਣ ਪਤਾ ਕਰਾਂਗੇ ਫਿਰ ਦੋ ਦਾ ਤਿੰਨ ਦਾ ਚਾਰ ਦਾ ਇਸ ਤਰ੍ਹਾਂ ਆਪਾਂ ਕਣ ਪਤਾ ਕਰਨੇ ਸ਼ੁਰੂ ਕਰ ਦਿੰਦੇ ਹਾਂ ਤੇ ਇਹ ਜੋ ਅੱਗੇ ਤੁਹਾਨੂੰ ਸੰਖਿਆਵਾਂ ਨਜ਼ਰ ਆ ਰਹੀਆਂ ਹਨ ਇਹ ਜੋ ਮੈਂ ਹੁਣ ਬਾਕਸ ਵਿੱਚ ਕਵਰ ਕਰ ਰਿਹਾ ਬਾਕਸ ਵਿੱਚ ਲਿਖ ਰਿਹਾ ਦੇਖੋ ਇਹ ਸਾਰੀਆਂ ਜੋ ਸੰਖਿਆਵਾਂ ਹਨ ਇਹ ਪੂਰਣ ਕਣ ਸੰਖਿਆਵਾਂ ਹਨ ਇਹ ਸਾਰੀਆਂ ਸੰਖਿਆਵਾਂ ਕੀ ਹਨ ਪੂਰਣ ਕਣ ਸੰਖਿਆਵਾਂ ਜੀ ਤੇ ਇਹ ਹੁਣ ਦੇਖੋ ਆਪਣੇ ਕੋ ਕਿੰਨੀਆਂ ਹਨ 1000 ਤੱਕ ਆਪਾਂ ਲਿਖ ਲਈਆਂ ਹਨ ਤੇ ਦੇਖੋ ਟੋਟਲ ਆਪਣੇ ਕੋ ਕਿੰਨੀਆਂ ਹਨ 1 ਤੋਂ ਲੈ ਕੇ 10 ਦੇ ਘਣ ਤੱਕ ਆਪਣੇ ਕੋ ਆ ਰਿਹਾ ਜੀ 1000 ਇਟ ਮੀਨ ਟੋਟਲ ਆਪਣੇ ਕੋ 10 ਜੋ ਹਨ ਉਹ ਪੂਰਨ ਘਣ ਸੰਖਿਆਵਾਂ ਹਨ ਇਟ ਮੀਨ ਕਿਹੜੀ ਆਪਸ਼ਨ ਰਾਈਟ ਹੈ ਜੀ ਸੈਕੰਡ ਆਪਸ਼ਨ ਇਜ਼ ਦਾ ਰਾਈਟ ਆਪਸ਼ਨ ਇਹ ਸਾਰੀਆਂ ਸਾਰੀਆਂ ਸੰਖਿਆਵਾਂ ਕਿਹੜੀਆਂ ਹਨ ਪੂਰਨ ਘਣ ਸੰਖਿਆਵਾਂ ਹਨ 1 ਤੋਂ ਲੈ ਕੇ 1000 ਤੱਕ ਨੈਕਸਟ ਕੁਐਸਚਨ ਇਸ ਤਰ੍ਹਾਂ ਹੈ ਜੀ ਉਹ ਸਭ ਤੋਂ ਛੋਟੀ ਸੰਖਿਆ ਪਤਾ ਕਰੋ ਜਿਸ ਨਾਲ 192 ਨੂੰ ਵੰਡਣ ਤੇ ਭਾਗਫਲ ਇੱਕ ਪੂਰਨ ਕਣ ਬਣ ਜਾਵੇ ਤੇ ਇਹ نیچے ਆਪਾਂ ਨੂੰ ਚਾਰ ਆਪਸ਼ਨ ਦਿੱਤੀਆਂ ਹੋਈਆਂ ਹਨ ਇਹ ਚਾਰ ਆਪਸ਼ਨ ਵਿੱਚ ਆਪਾਂ ਦੇਖਣਾ ਹੈ ਕਿ ਉਹ ਕਿਹੜਾ ਨੰਬਰ ਹੈ ਜਿਸ ਨੂੰ 192 ਨਾਲ ਆਪਾਂ ਭਾਗ ਕਰੀਏ ਤੇ ਜੋ ਭਾਗਫਲ ਹੈ ਉਹ ਇੱਕ ਪੂਰਨ ਕਣ ਬਣ ਜਾਵੇ ਤੇ ਇਸ ਕੁਐਸਚਨ ਦੇ ਵਿੱਚ ਤੁਹਾਨੂੰ ਆਪਾਂ ਕਰਨਾ ਹੈ ਕਿ 192 ਦੇ ਆਪਾਂ ਅਭਾਜ ਗੁਣਨਖੰਡ ਬਣਾਉਣੇ ਹਨ ਤੇ ਦੇਖੋ 192 ਦੇ ਅਭਾਜ ਗੁਣਨ ਖੰਡ ਕੀ ਬੰਨਣਗੇ ਆਪਣੇ ਕੋ ਜੀ 192 ਇਸ ਦੇ ਅਭਾਜ ਗੁਣਨ ਖੰਡ ਬਣਾਉਣੇ ਹਨ ਜੀ ਆਪਾਂ ਪਹਿਲਾਂ ਦੇਖੋ 2 ਦੇ ਪਹਾੜੇ ਵਿੱਚ ਦੇਖੋ 192 ਕਿੱਥੇ ਆਏਗਾ ਤੇ ਇਹ ਆ ਜਾਏਗਾ ਜੀ ਆਪਣੇ ਕੋ 96 ਤੇ ਕੱਟਿਆ ਜਾਏਗਾ ਫਿਰ 2 ਦੇ ਪਹਾੜੇ ਵਿੱਚ 96 ਕਿੱਥੇ ਆਏਗਾ 48 ਤੇ ਫਿਰ 2 ਦਾ ਪਹਾੜਾ ਪੜਾਂਗੇ 48 ਨੂੰ ਅੰਦਰ ਰੱਖ ਕੇ ਤੇ ਇਹ ਆ ਜਾਏਗਾ 24 ਤੇ ਫਿਰ 24 ਵੀ 2 ਦੇ ਭਾੜੇ ਵਿੱਚ ਕੱਟਿਆ ਜਾਏਗਾ 12 ਤੇ ਫਿਰ 12 ਵੀ 2 ਦੇ ਭਾੜੇ ਵਿੱਚ ਆ ਜਾਏਗਾ 6 ਤੇ ਫਿਰ 2 ਦੇ ਭਾੜੇ ਵਿੱਚ 3 ਤੇ ਲਾਸਟ ਵਿੱਚ 3 ਦੇ ਭਾੜੇ ਚ 1 ਆ ਜਾਏਗਾ 3 1 3 ਇਟ ਮੀਨ 192 ਦੇ ਜੋ ਅਭਾਜ ਗੁਨਨਖੰਡ ਕੀ ਬਣ ਗਏ ਹਨ ਦੇਖੋ ਆਪਣੇ ਕੋ 192 ਦੇ ਅਭਾਜ ਗੁਨਨਖੰਡ ਦੇਖੋ 2 ਕਿੰਨੀ ਵਾਰ ਹੈ ਜੀ ਇੱਕ ਵਾਰ ਦੋ ਵਾਰ ਤਿੰਨ ਵਾਰ ਚਾਰ ਵਾਰ ਪੰਜ ਵਾਰ 6 ਵਾਰ ਇੱਕ ਵਾਰ ਦੋ ਬਾਰ ਤਿੰਨ ਬਾਰ ਚਾਰ ਪੰਜ ਅਤੇ ਛੇ ਬਾਰ ਤੇ ਲਾਸਟ ਵਿੱਚ ਆਪਣੇ ਕੋਲ ਇੱਕ ਤਿੰਨ ਬਚ ਗਿਆ ਹੈ ਉਹ ਵੀ ਆਪਾਂ ਨਾਲ ਲਿਖ ਲੈਣਾ ਹੈ ਹੁਣ ਆਪਾਂ ਇਸ ਦੇ ਵਿੱਚ ਕੀ ਕਰਨਾ ਹੈ ਜਦੋਂ ਆਪਾਂ ਪੂਰਨ ਘਣ ਦੀ ਗੱਲ ਕਰ ਰਹੇ ਹਾਂ ਉਸ ਦੇ ਵਿੱਚ ਆਪਾਂ ਤਿੰਨ ਤਿੰਨ ਨੰਬਰਾਂ ਦਾ ਜੋ ਸਮੂਹ ਲੈਣਾ ਹੈ ਜਿੱਥੇ ਵਿੱਚ ਦੇਖੋ ਆਪਣੇ ਕੋਲ ਪਹਿਲਾਂ ਜੋ ਦੋ ਹੈ ਦੋ ਦਾ ਇੱਕ ਸਮੂਹ ਬਣ ਰਿਹਾ ਹੈ ਤਿੰਨ ਦਾ ਫਿਰ ਅੱਗੇ ਜੋ ਦੋ ਦਾ ਹੈ ਦੇਖੋ ਤਿੰਨ ਦਾ ਸਮੂਹ ਬਣ ਰਿਹਾ ਹੈ ਬਟ ਇਹ ਲਾਸਟ ਵਿੱਚ ਜੋ ਤਿੰਨ ਹੈ ਇਹ ਆਪਣੇ ਕੋਲ ਐਕਸਟਰਾ ਬਚ ਗਿਆ ਜਿਸ ਦਾ ਵੀ ਤਿੰਨ ਦਾ ਜੋ ਸਮੂਹ ਹੈ ਤਿੰਨ ਦਾ ਗਰੁੱਪ ਨਹੀਂ ਬਣ ਰਿਹਾ ਹੈ ਇਟ ਮੀਨ ਜੇਕਰ ਆਪਾਂ 192 ਨੂੰ ਤਿੰਨ ਦੇ ਨਾਲ ਜੋ ਕਿ ਲਾਸਟ ਆਪਣੇ ਕੋਈ ਨੰਬਰ ਬਚ ਗਿਆ ਹੈ ਉਸ ਦੇ ਨਾਲ ਭਾਗ ਕਰ ਦਿੰਦੇ ਹਨ ਤਾਂ ਜੋ ਭਾਗਫਲ ਹੈ ਉਹ ਆਪਣੇ ਕੋ ਕੀ ਹੋਏਗਾ ਇੱਕ ਪੂਰਨ ਕਣ ਬਣ ਜਾਏਗਾ ਇਟ ਮੀਨ ਆਪਣੇ ਕੋ ਰਾਈਟ ਆਪਸ਼ਨ ਕਿਹੜੀ ਹੈ ਜੀ ਸੈਕੰਡ ਬੀ ਆਪਸ਼ਨ ਇਜ਼ ਦਾ ਰਾਈਟ ਆਪਸ਼ਨ